10,000 ਮੈਂ ਉਦੋਂ ਕੱਢਿਆ 5,000 ਚ ਕੱਢਿਆ ਵੇ ਮੈਂ ਪਵਨ ਵੀਰੇ ਨੂੰ ਪੁੱਛ ਲੈਣੀ ਆ ਆਪਾਂ 2 ਘੰਟੇ ਲਈ ਭਾਬੀ ਨੂੰ ਲਿਆ ਕੇ ਚੈੱਕਅਪ ਕਰਾ ਕੇ ਫਿਰ ਭੇਜ ਦਾਂਗੇ ਲਾਸਟ ਟਾਈਮ ਤੇ ਸੈਕਿੰਡ ਲੈਵਲ ਸਕੈਨ ਥੋੜਾ ਨਾ ਹੁੰਦੀ ਆ ਫਰਸਟ ਲੈਵਲ ਵਾਲੀ ਹੁੰਦੀ ਆ ਤੇ ਮੈਂ ਵੀ ਤੈਨੂੰ ਸ਼ਾਮ ਨੂੰ ਕਹਿ ਰਹੀ ਆ ਜਾਣ ਨੂੰ ਹੁਣ ਨੰਬਰ ਲਵਾ ਕੇ ਆਵਾਂਗੀ 2 ਘੰਟੇ ਤਾਂ ਵੀ ਲੱਗ ਜਾਣੇ ਐ ਫਿਰ ਵੀ ਤੁਹਾਡਾ ਕੰਮ ਕਰਵਾ ਕੇ ਦੇ ਰਹੀ ਆ ਤੁਸੀਂ ਫਿਰ ਵੀ ਪੈਸੇ ਨੂੰ ਰੋਈ ਜਾਂਦੇ ਹੋ ਆਪਣੇ 5 ਜਾਂ 5 ਹੀ ਕੋਈ ਵੀ ਹੋਵੇ ਮੈਂ ਪਾਰਟੀ ਰੱਖਣੀ ਹੀ ਰੱਖਣੀ ਆ ਜੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਕੇ ਹਟੀ ਆ ਆਪਸੇ ਸਲਾਹ ਕਰ ਲਓ ਜਿੱਦਾਂ ਸਹੀ ਲੱਗਦਾ ਤੁਹਾਨੂੰ ਬਸ ਲਾਸਟ ਮੂਮੈਂਟ ਤੇ ਮੈਂ ਤੇ ਮੈਨੂੰ ਬੱਚਾ ਸਹੀ ਚਾਹੀਦਾ ਰਾਣੀ ਦੀ ਡਿਲੀਵਰੀ ਨੂੰ ਥੋੜਾ ਟਾਈਮ ਹੀ ਰਹਿ ਗਿਆ ਵਧਾਈਆਂ ਮੁੰਡਾ ਹੈ ਨਾਲੇ ਮਾਂ ਬੰਨਾ ਇੱਕ ਔਰਤ ਵਾਸਤੇ ਰੱਬ ਵੱਲੋਂ ਮਿਲਿਆ ਹੋਇਆ ਬਹੁਤ ਵੱਡਾ ਵਰਦਾਨ ਹੈ ਲੇਟ ਹੀ ਸਹੀ ਪਰ ਮੈਂ ਮਾਂ ਤਾਂ ਬਣਨ ਵਾਲੀ ਹਾਂ ਨਾ ਮੈਂ ਪਹਿਲਾਂ ਵੀ 2 ਵਾਰ ਬਹੁਤ ਦੁੱਖ ਝੱਲ ਲਿਆ ਪਰ ਹੁਣ ਮੈਂ ਤੈਨੂੰ ਸਾਂਭ ਸਾਂਭ ਕੇ ਰੱਖੂੰਗੀ ਅਤੇ ਕਿਸੇ ਦੀ ਤੱਤੀ ਵਾਹ ਨਹੀਂ ਲੱਗਣ ਦਊਂਗੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੇਰੇ ਪਹਿਲਾਂ 2 ਬੱਚੇ ਮਿਸਕੈਰੇਜ ਹੋ ਗਏ ਸੀ ਤਾਂ ਦੁਨੀਆ ਦੇ ਬਹੁਤ ਤਾਨੇ ਸੁਣਨ ਨੂੰ ਮਿਲੇ ਸੀਗੇ ਮੈਨੂੰ ਧੰਨਵਾਦ ਤੇਰਾ ਜੋ ਤੂੰ ਮੇਰੀ ਜ਼ਿੰਦਗੀ 'ਚ ਆ ਕੇ ਉਹ ਲੋਕਾਂ ਦੇ ਸਾਰੇ ਤਾਨੇ ਮੇਣਿਆਂ 'ਤੇ ਪਾਣੀ ਫੇਰਤਾ ਨਾ ਤੂੰ ਕਿੱਥੇ ਸਵੇਰੇ ਸਵੇਰੇ ਚਲੇ ਗਈ ਸੀ ਤੇਰੇ ਵੱਲੋਂ 2 ਗੇੜੇ ਲਾ ਗਿਆ ਮੈਂ ਉਹਨਾਂ ਨੂੰ ਦੱਸ ਕੇ ਗਈ ਸੀ ਅਸੇਲੀ ਘਰੇ ਜਾਣਾ ਸੀ ਕੀ ਹੋ ਗਿਆ ਹੋਣਾ ਕੀ ਏ ਉਹ ਤੇਰੇ ਵੱਲੋਂ ਕਹਿੰਦਾ ਮੇਰੇ ਪਰਸ 'ਚ 2 ਵਾਰੀ 5,000 ਰੁਪਇਆ ਚੋਰੀ ਹੋਇਆ ਗਏ ਕਿੱਥੇ ਪੈਸੇ ਮੰਮੀ ਮੈਨੂੰ ਕੀ ਪਤਾ ਇਹਨਾਂ ਦੇ ਪੈਸੇ ਕਿੱਥੇ ਗਏ ਇੱਧਰ ਉੱਧਰ ਰੱਖ ਕੇ ਭੁੱਲ ਗਏ ਹੋਣੇ ਆ 100-200 ਹੋਵੇ ਤੇ ਬੰਦਾ ਰੱਖ ਕੇ ਭੁੱਲ ਜਾਂਦਾ 5,000 ਰੁਪਇਆ ਥੋੜੀ ਰੱਖ ਕੇ ਬੰਦਾ ਭੁੱਲ ਜਾਂਦਾ ਮੰਮੀ ਮੈਨੂੰ ਨਹੀਂ ਪਤਾ ਪੈਸੇ ਕਿੱਥੇ ਗਏ ਮੈਨੂੰ ਨਾ ਪਰੇਸ਼ਾਨ ਕਰੋ ਅੱਗੇ ਮੇਰਾ ਦਿਮਾਗ ਬੜਾ ਖਰਾਬ ਹੋਇਆ ਹੋਇਆ ਕੀ ਹੋ ਗਿਆ ਤੇਰੇ ਦਿਮਾਗ ਨੂੰ ਕੋਈ ਦੁੱਖ ਪਰੇਸ਼ਾਨੀ ਹੈਗੀ ਤਾਂ ਦੱਸ ਮੈਨੂੰ ਮੇਰੀ ਦੁੱਖ ਪਰੇਸ਼ਾਨੀ ਨਾ ਬਸ ਮੈਂ ਹੀ ਸਮਝ ਸਕਦੀ ਹਾਂ ਹੋਰ ਕੋਈ ਨਹੀਂ ਸਮਝ ਸਕਦਾ ਚਲ ਆ ਫਿਰ ਇੱਕ ਵਾਰੀ ਆਪਾਂ ਰਾਧਿਕਾ ਕੋਲੋਂ ਪੁੱਛ ਲਈਏ ਕਿਤੇ ਉਹਨੇ ਤਾਂ ਨਹੀਂ ਪੈਸੇ ਦੇ ਕੇ ਰੱਖੇ ਉਹ ਮੈਡਮ ਆਪਣੇ ਧਿਆਨ ਰੱਖ ਲੈ ਉਹੀ ਬਹੁਤ ਹੈ ਉਹਨੂੰ ਕੀ ਪਤਾ ਘਰ 'ਚ ਕੀ ਹੋ ਰਿਹਾ ਤੇ ਕੀ ਨਹੀਂ ਤੈਨੂੰ ਆਪਦੇ ਵਾਲੇ ਦੇ ਗੁੱਸੇ ਦਾ ਪਤਾ ਹੈ ਨਾ ਆਪਾਂ ਇੱਕ ਵਾਰੀ ਪੁੱਛ ਆਨੇ ਜਾ ਕੇ ਕਿਤੇ ਉਹਨੇ ਦੇਖੇ ਨਾ ਹੋਣ ਹੋਣਾ ਕੁਛ ਨਹੀਂ ਟਾਈਮ ਹੀ ਖਰਾਬ ਹੋਣਾ ਆ ਜਾਓ ਪੁੱਛ ਲੈਣੇ ਆ ਰਾਧਿਕਾ ਇਹਦੇ ਘਰ ਵਾਲੇ ਦੀ ਜੇਬ 'ਚ ਉਹਨੂੰ 2 ਵਾਰੀ 5,000 ਚੋਰੀ ਹੋਇਆ ਤੈਨੂੰ ਪਤਾ ਕੁਛ ਮੰਮੀ ਮੈਨੂੰ ਕੀ ਪਤਾ ਮੈਂ ਆਪਦੇ ਕਮਰੇ 'ਚ ਇਹ ਆਪਦੇ ਕਮਰੇ 'ਚ ਦੇਖਿਆ ਮੰਮੀ ਮੈਂ ਤੁਹਾਨੂੰ ਕਿਹਾ ਸੀਗਾ ਨਾ ਟਾਈਮ ਹੀ ਖਰਾਬ ਹੋਣਾ ਇਹਨੂੰ ਤਾਂ ਕੁਛ ਪਤਾ ਹੀ ਨਹੀਂ ਹੁੰਦਾ ਨਹੀਂ ਜੈਸਮੀਨ ਦੀਦੀ ਇਹਦੇ 'ਚ ਗੁੱਸੇ ਨਾਲ ਬੋਲਣ ਦੀ ਕਿਹੜੀ ਗੱਲ ਹੈ ਤੁਸੀਂ ਆਪਣੇ ਜਵਾਕਾਂ ਨੂੰ ਪੁੱਛ ਲਓ ਉਹ ਪੈਸੇ ਲੈ ਕੇ ਚੀਜ਼ ਚੂਈ ਨਾ ਖਾਏ ਹੁਣ ਕਮਾਲ ਹੋ ਗਈ ਰਾਧਿਕਾ ਵੈਸੇ ਤੇਰੀ ਤੂੰ ਮੇਰੇ ਮੁੰਡਿਆਂ ਨੂੰ ਚੋਰ ਬਣਾਤਾ ਓਹੋ ਉਹਨੇ ਚੋਰ ਥੋੜੀ ਬਣਾਇਆ ਉਹਨੇ ਤਾਂ ਗੱਲ ਕੀਤੀ ਏ ਕਿ ਵੀ ਬੱਚਿਆਂ ਨੂੰ ਜਾ ਕੇ ਪੁੱਛ ਲਿਓ ਮੰਮੀ ਚਾਹੇ ਉਹਨੇ ਪੁੱਛਿਆ ਚਾਹੇ ਉਦਾਂ ਹੀ ਗੱਲ ਕੀਤੀ ਮੇਰੇ ਤੇ ਮੁੰਡੇ ਤੇ ਇਲਜ਼ਾਮ ਲੱਗ ਗਿਆ ਨਾ ਜੈਸਮੀਨ ਦੀਦੀ ਮੇਰਾ ਕਹਿਣ ਦਾ ਮਤਲਬ ਤਾਂ ਇਹ ਹੈ ਬੱਚਿਆਂ ਨੂੰ ਨਹੀਂ ਪਤਾ ਲੱਗਦਾ ਵੀ ਉਹਨਾਂ ਕੋਲ ਕਿੰਨੇ ਪੈਸੇ ਆ ਬਸ ਦੁਕਾਨਦਾਰ ਨੂੰ ਪੈਸੇ ਫੜਾ ਦਿੰਦੇ ਨੇ ਤੇ ਚੀਜ਼ ਲੈ ਕੇ ਆ ਜਾਂਦੇ ਨੇ ਬਹਿ ਜਾ ਟਿੱਕ ਕੇ ਮੇਰੇ ਦੋਨੋਂ ਮੁੰਡਿਆਂ ਨੂੰ ਨਾ ਇੰਨੀ ਅਕਲ ਹੈਗੀ ਹੈ 10 ਰੁਪਏ ਦਾ ਨੋਟ ਕਿਹੜਾ ਹੁੰਦਾ ਤੇ 500 ਦਾ ਨੋਟ ਕਿਹੜਾ ਹੈ ਜੈਸਮੀਨ ਉਹਨੇ ਤਾਂ ਇੱਕ ਸੰਸਾਰਿਕ ਗੱਲ ਕੀਤੀ ਏ ਬੱਚੇ ਕਈ ਵਾਰ ਗਲਤੀ ਕਰ ਲੈਂਦੇ ਆ ਤੇ ਤੂੰ ਪੁੱਛ ਲੈ ਉਹਨਾਂ ਕੋਲੋਂ ਪੁੱਛਣ 'ਚ ਕੀ ਅਰਜ ਹੈ ਮੰਮੀ ਜੇ ਤੁਸੀਂ ਇਹਦੀ ਸਾਈਡ ਲੈਣੀ ਹੈ ਨਾ ਲਈ ਜੋ ਪਰ ਮੈਨੂੰ ਪਤਾ ਹੈ ਕਿ ਮੇਰੇ ਬੱਚਿਆਂ ਨੂੰ ਸਭ ਪਤਾ ਹੈ ਕਿਹੜੀ ਚੀਜ਼ ਦੱਸਦੀ ਹੈ ਤੇ ਕਿਹੜੀ ਚੀਜ਼ ਸੋਦੀ ਨਹੀਂ ਜੈਸਮੀਨ ਦੀਦੀ ਤੁਹਾਡੇ ਬੱਚੇ ਵੀ ਤਾਂ ਮੇਰੇ ਕੁਛ ਲੱਗਦੇ ਨੇ ਮੈਂ ਉਹਨਾਂ ਬਾਰੇ ਥੋੜੀ ਤੁਹਾਨੂੰ ਗਲਤ ਬੋਲੂੰਗੀ ਜੇ ਮੇਰੇ ਬੱਚੇ ਤੇਰੇ ਕੁਛ ਲੱਗਦੇ ਹੁੰਦੇ ਨਾ ਤੂੰ ਇੰਨਾ ਵੱਡਾ ਉਹਨਾਂ ਦੇ ਚੋਰੀ ਦਾ ਇਲਜ਼ਾਮ ਨਾ ਲਾਉਂਦੀ ਜੈਸਮੀਨ ਦੀਦੀ ਇੰਨੀ ਗੱਲ ਹੈ ਨਹੀਂ ਜਿੱਡਾ ਵੱਡਾ ਤੁਸੀਂ ਮੁੱਦਾ ਬਣਾ ਲਿਆ ਮੁੱਦਾ ਬਣਾਉਣ ਵਾਲੀ ਗੱਲ ਤਾਂ ਹੈਗੀ ਹੈ ਤੇਰੇ ਆਪਣਾ ਹੋਣ ਵਾਲਾ ਵੇ ਹੁਣ ਤੈਨੂੰ ਮੇਰੇ ਮਾੜੇ ਲੱਗਣ ਲੱਗ ਪਏ ਨੇ ਕੋਈ ਨਾ ਪੁੱਤ ਤੂੰ ਗੁੱਸਾ ਨਾ ਕਰ ਇਹ ਪਤਾ ਨਹੀਂ ਕਿਉਂ ਸਵੇਰ ਦੀ ਨਾ ਗੁੱਸੇ 'ਚ ਆਈ ਫਿਰਦੀ ਏ ਇਹਦੇ ਨਾਲ ਤਾਂ ਗੱਲ ਮੈਂ ਕਰਦੀ ਹਾਂ ਤੂੰ ਆਰਾਮ ਕਰ ਐਵੇਂ ਮੈਨੂੰ ਬੋਲਣ ਲੱਗੀਆਂ ਹੋਈਆਂ ਸੀ ਇੰਨਾ ਕੁ ਤਾਂ ਇਹਨਾਂ ਨੂੰ ਰੰਗ ਵਿਖਾਉਣਾ ਬਣਦਾ ਹੀ ਸੀਗਾ ਹੁਣ ਨਹੀਂ ਮੈਨੂੰ ਪੁੱਛਣਗੀਆਂ ਪੈਸੇ ਕਿੱਥੇ ਗਏ ਕਿੱਥੇ ਨਹੀਂ ਤੁਸੀਂ ਦੋਵੇਂ ਇੱਕੋ ਦਮ ਆ ਗਏ ਫੋਨ ਨਹੀਂ ਕਰਦੇ ਕਰੋ ਬੰਦੇ ਨੇ ਕੋਈ ਖਾਣ ਪੀਣ ਦੀ ਤਿਆਰੀ ਕਰਨੀ ਹੁੰਦੀ ਹੈ ਨਾ ਤੈਨੂੰ ਕੀ ਹੋਇਆ ਤੂੰ ਪਹਿਲੇ ਉਹਨੂੰ ਗੁੱਸੇ ਨਾਲ ਬੋਲਨੀ ਹੈ ਹੁਣ ਤੂੰ ਮੇਰੇ ਧੀ ਜਵਾਈ ਨੂੰ ਗੁੱਸੇ ਨਾਲ ਬੋਲਦੀ ਪਈ ਹੈ ਤੈਨੂੰ ਜ਼ਿਆਦਾ ਹੀ ਗੁੱਸਾ ਚੜਿਆ ਹੋਇਆ ਤੁਹਾਡੇ ਘਰ ਜਦੋਂ ਮਰਜ਼ੀ ਆ ਜਾਓ ਇੱਥੇ ਕੰਦਰ ਘਾਟ ਪਿਆ ਹੀ ਰਹਿੰਦਾ ਮੈਨੂੰ ਤਾਂ ਬਹੁਤ ਗਰਮੀ ਲੱਗਦੀ ਪਈ ਹੈ ਮੈਂ ਤਾਂ ਅੰਦਰ ਚੱਲੀ ਹਾਂ ਹੋਰ ਮੰਮੀ ਜੀ ਠੀਕ ਹੋ ਤੁਸੀਂ ਘਰ ਠੀਕ ਨੇ ਸਾਰੇ
ਹੋਰ ਜੈਸਮੀਨ ਭਾਬੀ ਰਾਧਿਕਾ ਭਾਬੀ ਕਿੱਥੇ ਆ ਤੈਨੂੰ ਤੇ ਬਸ ਰਾਧਿਕਾ ਭਾਬੀ ਨੂੰ ਨਜ਼ਰ ਆਉਂਦੀ ਹੈ ਸਾਡੇ ਬਾਰੇ ਵੀ ਕੁਝ ਪੁੱਛ ਲਿਆ ਕਰ ਨਹੀਂ ਭਾਬੀ ਜੀ ਇਦਾਂ ਦੀ ਗੱਲ ਨਹੀਂ ਹੈਗੀ ਆਉਣ ਵਾਲੇ ਭਤੀਜੇ ਭਤੀਜੇ ਦਾ ਚਾਅ ਬਹੁਤ ਆਉਂਦਾ ਨਾ ਤਾਂ ਕਰਕੇ ਪੁੱਛਦੀ ਸੀ ਉਹਨਾਂ ਦਾ ਭਤੀਜੇ ਤਾਂ ਤੇਰੇ ਪਹਿਲੇ ਵੀ ਦੋ ਨੇ ਉਹਨਾਂ ਦਾ ਤਾਂ ਤੈਨੂੰ ਕਦੀ ਪਿਆਰ ਆਇਆ ਨਹੀਂ ਭਾਬੀ ਇਹ ਤੁਸੀਂ ਕਿੱਦਾਂ ਦੀ ਗੱਲਾਂ ਕਰਦੇ ਪਏ ਹੋ ਜੋ ਤੁਹਾਡੇ ਬੱਚੇ ਛੋਟੇ ਸੀ ਉਹਨਾਂ ਦੇ ਪੋਤਰੇ ਵੀ ਤਾਂ ਮੈਂ ਹੀ ਧੋਂਦੀ ਸੀ ਭੁੱਲ ਗਏ ਤੁਸੀਂ ਹੁਣ ਤੇ ਹੁਣ ਕਿਹੜਾ ਉਹ ਬੁੜੇ ਹੋ ਗਏ ਨੇ ਬੱਚੇ ਨੇ ਹਲੇ ਵੀ ਉਹ ਜੈਸਮੀਨ ਅੱਜ ਤੈਨੂੰ ਕੀ ਹੋਇਆ ਤੇਰਾ ਨਾ ਮੈਨੂੰ ਵੀਪੀ ਵਧਿਆ ਲੱਗਦਾ ਜਿਹੜਾ ਹਰ ਇੱਕ ਨੂੰ ਅੱਜ ਗੁੱਸਾ ਦਿਖਾਉਂਦੀ ਫਿਰਦੀ ਹੈ ਆਹੋ ਸੱਚੀ ਗੱਲ ਕਹਿਦੀ ਤੇ ਵੀਪੀ ਵੱਧ ਗਿਆ ਕੀ ਹੋ ਗਿਆ ਤੈਨੂੰ ਜਵਾਈ ਭਾਈ ਬੈਠਾ ਮੂੰਹ ਤੇ ਬੜਬੜ ਕਰੀ ਜਾਂਦੀ ਹੈ ਮੰਮੀ ਰਹਿਣ ਦੋ ਕੋਈ ਗੱਲ ਨਹੀਂ ਅਨਿਕਾ ਤੂੰ ਇੱਥੇ ਬਹਿ ਤੇ ਮੈਂ ਉੱਪਰੋਂ ਰਾਧਿਕਾ ਨੂੰ ਬੁਲਾ ਕੇ ਲਿਆਈ ਕੋਈ ਨਹੀਂ ਮੰਮੀ ਮੈਂ ਆਪੇ ਮਿਲ ਆਨੀ ਭਾਬੀ ਨੂੰ ਭਾਬੀ ਤੁਸੀਂ ਇਹਨਾਂ ਨੂੰ ਪਾਣੀ ਦੇ ਦਿਓ ਪਹਿਲਾਂ ਨਹੀਂ ਗੇੜਾ ਮਾਰਿਆ ਹੁਣ ਜਾ ਜਾਈਏ ਭਰਜਾਈ ਦੀ ਨਹੀਂ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਰਾਧਿਕਾ ਭਾਬੀ ਜੀ ਆਪਾਂ ਤਾਂ ਤੁਹਾਨੂੰ ਲੈਣ ਆਏ ਹਾਂ ਅੱਛਾ ਜੀਜਾ ਜੀ ਵੀ ਆਏ ਨੇ ਨਾਲ ਹਾਂਜੀ ਉਹ ਨੀਚੇ ਬੈਠੇ ਹੋਏ ਨੇ ਆ ਜਾਓ ਆਪਾਂ ਵੀ ਨੀਚੇ ਹੀ ਜਾਂਦੇ ਹਾਂ ਆ ਵੀਰਾ ਕਿੱਥੇ ਆ ਸੁੱਤਾ ਪਿਆ ਨਹੀਂ ਨਹੀਂ ਸੁੱਤੇ ਨਹੀਂ ਹੋਏ ਕੰਮ ਤੇ ਤੇਜ਼ੀ ਆਈ ਹੋਈ ਨਾ ਸਵੇਰ ਦੇ 7:30 ਵਜੇ ਨਿਕਲੇ ਹੋਏ ਨੇ ਤੇ ਰਾਤੀ 10 ਵਜੇ ਆਣਗੇ ਹੁਣ ਭਾਬੀ ਅਸੀਂ ਤੁਹਾਨੂੰ ਲੈਣ ਆਏ ਸੀ ਤੁਸੀਂ ਦੱਸੋ ਹੁਣ ਅਸੀਂ ਕਿੱਦਾਂ ਕਰੀਏ ਵੀਰੇ ਨੂੰ ਪੁੱਛੀਏ ਕਿ ਰਹਿਣ ਦੀ ਅਨਿਕਾ ਵੈਸੇ ਮੇਰਾ ਮਨ ਹੈ ਨਹੀਂ ਗਾ ਜਾਣ ਦਾ ਜੇ ਤੁਹਾਨੂੰ ਜ਼ਿਆਦਾ ਹੀ ਹੈ ਤੁਸੀਂ ਮੰਮੀ ਨਾਲ ਗੱਲ ਕਰ ਲਓ ਚਲੋ ਆ ਜਾਓ ਫਿਰ ਆਪਾਂ ਮੰਮੀ ਨਾਲ ਹੀ ਗੱਲ ਕਰ ਲੈਂਦੇ ਹਾਂ ਭਾਬੀ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਮੇਰੇ ਨਾਲ ਚੱਲੋ ਅਤੇ ਹਫ਼ਤਾ ਉੱਥੇ ਹੀ ਰਹੋ ਮੈਂ ਆਪੇ ਸਾਂਭ ਲੂੰਗੀ ਸਾਰਾ ਕੁਛ ਇਹ ਕੀ ਕਹੀ ਜਾਂਦੀ ਹੈ ਕਿ ਮੈਂ ਰਾਧਿਕਾ ਨੂੰ ਨਾਲ ਲੈ ਜਾਵਾਂ ਜੇ ਰਾਧਿਕਾ ਇਹਦੇ ਨਾਲ ਚਲੀ ਗਈ ਤਾਂ ਮੈਂ ਰਾਧਿਕਾ ਦੇ ਬੱਚੇ ਦੀ ਗੇਮ ਕਿੱਦਾਂ ਪਾਵਾਂਗੀ ਮੰਮੀ ਨਾਲ ਆਉਂਦੀ ਹਾਂ ਸਕੀ ਪਰ ਇਹਨੂੰ ਇੱਥੋਂ ਜਾਣ ਨਹੀਂ ਦੇਣਾ ਮੈਂ ਮੰਮੀ ਗੱਲ ਸੁਣ ਪਵਨ ਨੂੰ ਕਹਿ ਕੇ ਫੋਨ ਕਰਾਤਾ ਹੋਵੇ ਕਿ ਅਸੀਂ ਉਹਦਾ ਧਿਆਨ ਨਹੀਂ ਰੱਖਦੇ ਪਏ ਤਾਂ ਉਹਨੂੰ ਲੈਣ ਆ ਗਏ ਹੁਣ ਕੋਈ ਨਹੀਂ ਅਨਿਕਾ ਨਾਲ ਨਾ ਮੈਂ ਗੱਲ ਕਰ ਲੈਂਦੀ ਹਾਂ ਨਾ ਨਾ ਮੰਮੀ ਹਲੇ ਨਾ ਗੱਲ ਕਰਿਓ ਤੁਸੀਂ ਇੱਕ ਤਾਂ ਤੂੰ ਮੈਨੂੰ ਬੁਲਾ ਕੇ ਕਹਿੰਦੀ ਪਈ ਹੈ ਮੰਮੀ ਗੱਲ ਕਰਨੀ ਹੈ ਉੱਤੋਂ ਤੂੰ ਨਾਲ ਕਹੀ ਜਾਂਦੀ ਹੈ ਗੱਲ ਵੀ ਨਹੀਂ ਕਰਨੀ ਤੂੰ ਕਰਨਾ ਕੀ ਚਾਹੁੰਦੀ ਹੈ ਮੈਨੂੰ ਦੱਸ ਜ਼ਰਾ ਮੰਮੀ ਜਵਾਈ ਭਾਈ ਸਾਹਮਣੇ ਥੋੜ੍ਹੀ ਨਾ ਗੱਲ ਕਰਨੀ ਹੈ ਤੁਸੀਂ ਅਨਿਕਾ ਨੂੰ ਸਾਈਡ 'ਤੇ ਲਿਜਾ ਕੇ ਗੱਲ ਕਰੋ ਉਹਨੂੰ ਕਹੋ ਅਸੀਂ ਰਾਧਿਕਾ ਨੂੰ ਲਿਜਾਣ ਨਹੀਂ ਦੇਣਾ ਜੇ ਉਹ ਨਾ ਮੰਨੀ ਨਾ ਤਾਂ ਫਿਰ ਤੁਸੀਂ ਕਹੀ ਉਹ ਜੇ 19-21 ਹੋ ਗਈ ਉੱਥੇ ਜਾ ਕੇ ਫਿਰ ਕੋਈ ਗੱਲ ਨਹੀਂ ਉਹਨਾਂ ਨੂੰ ਚਾਹ ਪੀ ਲੈਂਦੇ ਫਿਰ ਕਰਦੀ ਹਾਂ ਮੈਂ ਅਨਿਕਾ ਨਾਲ ਗੱਲ ਮੰਮੀ ਮੈਂ ਤਾਂ ਆਪ ਸੁਣਿਆ ਅਨਿਕਾ ਦੇ ਮੂੰਹ ਜੋ ਪੌੜੀਆਂ ਉਤਰਦੇ ਕਹਿੰਦੀ ਵੀ ਸੀ ਮੈਂ ਤਾਂ ਰਾਧਿਕਾ ਨੂੰ ਨਾਲ ਲੈ ਕੇ ਜਾਣਾ ਇਹ ਤਾਂ ਆਂਢ ਗੁਆਂਢ 'ਚ ਸਾਡੀ ਬੇਇੱਜ਼ਤੀ ਕਰਾਏਗੀ ਚਲ ਕੋਈ ਗੱਲ ਨਹੀਂ ਖੜ ਜਾ ਮੈਂ ਕਰਦੀ ਹਾਂ ਗੱਲ ਚਲ ਮੰਮੀ ਜਾਣ ਤਾਂ ਆਪਣੇ ਹੱਥ 'ਚ ਆਈ ਹੁਣ ਰਾਧਿਕਾ ਨੂੰ ਜਾਣ ਨਹੀਂ ਦੇਗੀ ਆਪਣੀ ਮੰਮੀ ਨੂੰ ਫੋਨ ਕਰਕੇ ਪੁੱਛੋ ਇੰਨੇ ਪੈਸੇ ਵੈਦ ਨੂੰ ਦੇਣ ਦਾ ਕੀ ਫਾਇਦਾ ਹੋਇਆ ਜੇ ਸਾਡਾ ਕੰਮ ਹੀ ਨਹੀਂ ਹੋਇਆ ਇਹਦੀ ਕੁੱਖ 'ਚ ਨਾ ਜੇ ਕੁੜੀ ਹੁੰਦੀ ਤਾਂ ਵੀ ਚੱਲ ਮੈਂ ਚੁੱਪ ਕਰਕੇ ਬਹਿ ਜਾਂਦੀ ਪਰ ਇਹਦੀ ਕੁੱਖ 'ਚ ਨਾ ਮੁੰਡਾ ਆਏ ਮੁੰਡਾ ਮੈਂ ਹੋਣ ਨਹੀਂ ਦੇਣਾ ਜੇ ਹੋ ਵੀ ਗਿਆ ਤਾਂ ਮੈਂਟਲੀ ਅਪਸੈਟ ਪੈਦਾ ਹੋਏਗਾ ਜੈਸਮੀਨ ਹੁਣ ਤਾਂ ਤੈਨੂੰ ਕੁਛ ਕਰਨਾ ਹੀ ਪੈਣਾ ਆਇਆ ਮੈਂ ਵਾਸ਼ਰੂਮ ਜਾ ਕੇ ਕੀ ਗੱਲ ਹੋ ਗਈ ਮੰਮੀ ਤੇ ਤੂੰ ਰਾਧਿਕਾ ਨੂੰ ਲਿਜਾ ਕੇ ਕੀ ਕਰਨਾ ਮੰਮੀ ਮੈਂ ਤਾਂ ਚਾਹੁੰਦੀ ਹਾਂ ਕਿ ਸੁੱਖੀ ਸਾਂਦੀ ਮੇਰਾ ਭਤੀਜਾ ਜਾਂ ਭਤੀਜੀ ਆ ਜਾਵੇ ਤਾਂ ਇਹ ਕਹਿੰਦੇ ਆ ਕਿ ਆਪਾਂ ਰਾਧਿਕਾ ਭਾਬੀ ਨੂੰ ਲੈ ਕੇ ਜਾਂਦੇ ਹਾਂ ਬੰਦਿਆਂ ਨੂੰ ਥੋੜ੍ਹੀ ਇਹੋ ਜਿਹੀਆਂ ਗੱਲਾਂ ਦਾ ਪਤਾ ਹੁੰਦਾ ਹੁਣ ਇਹਨੇ ਕਿਤੇ ਨਹੀਂ ਜਾਣਾ ਜਦੋਂ ਮੁੰਡਾ ਆਇਆ ਨਾ ਪਹਿਲੇ ਤੇਰੇ ਹੀ ਘਰੇ ਲਿਜਾਵਾਂਗੇ ਮੰਮੀ ਇੱਕ ਵਾਰ ਤਾਂ ਅਸੀਂ ਭਾਬੀ ਨੂੰ ਲੈ ਕੇ ਹੀ ਜਾਣਾ ਕਿਉਂਕਿ ਅਸੀਂ ਭਾਬੀ ਨੂੰ ਤਾਂ ਲੈਣ ਆਏ ਹਾਂ ਇਹ ਤਾਂ ਹਟਦੀ ਨਹੀਂ ਪਈ ਇੱਕੋ ਹੀ ਗੱਲ ਤੇ ਅੜੀ ਹੋਈ ਹੈ ਲੈ ਕੇ ਹੀ ਜਾਣਾ ਲੈ ਕੇ ਹੀ ਜਾਣਾ ਮਾਂ ਵਾਂਗੂ ਕਿੰਨੀ ਜਿੱਦੀ ਹੈ ਅਨਿਕਾ ਤੂੰ ਸਮਝਿਆ ਕਰ ਇਹਨੂੰ ਨਾ ਹੁਣ ਅਸੀਂ ਕਿਤੇ ਨਹੀਂ ਭੇਜਣਾ ਜਿਹੜੇ ਡਾਕਟਰ ਕੋਲ ਇਹਦਾ ਇਲਾਜ ਚੱਲ ਰਿਹਾ ਨਾ ਹੁਣ ਡਾਕਟਰ ਨਹੀਂ ਅਸੀਂ ਬਦਲਣਾ ਉਹਦੇ ਕੋਲ ਇਲਾਜ ਚੱਲੇਗਾ ਦੇਖ ਲਓ ਮੰਮੀ ਫਿਰ ਤੁਹਾਡਾ ਜਵਾਈ ਗੁੱਸੇ ਹੋ ਜਾਊਗਾ ਕੋਈ ਨਾ ਤੂੰ ਆਪਣੇ ਤਰੀਕੇ ਨਾਲ ਨਾ ਸਮਝਾ ਦੇ
अनिका तुसी आज रहना कि जाना है? नहीं भाभी जी आपा जाना आज आपा राधिका नु लेन आए सीगे। अनिका चलिए फिर होगी गल देख लो रहना ते रह पवो। मम्मी मैं अपनी मम्मी वाल जाना उन्हां दी दवाई खत्म होगी लेके आनी है। कोई ना भाभी जी जे तुसी जाना तो जायो बस असि भी निकलो नहीं लगे हां। कितना फिर राधिका नु लेके जाना है? नहीं भाभी जी राधिका भाभी का जाना तो कैंसल हो गया फिर मैं इन्हों समझा दूंगी। चलो वधिया कीता जे परमात्मा ना करे कोई उन्नी की हो जांदी फिर। ना भाभी जी तुसी नुकसान दी गल्ला ना करया करो हुण बच्चा बस सही सलामत हो जावे। मेरे को वीरे दा मुंह इदा उदास नहीं देखा जांदा। पहला दो बार इत्थे लगदा हो गया है ना तां बार बार दिमाग चोरी कर जांदी है। जा तेरी मम्मी ठीक नहीं हैगी तू उन्हें दवाई दवाया ते मैं इन्हां नूं तोर देनी आ। जा राधिका अपने कमरे च जाके आराम कर। मम्मी करना कोई हल कि मेरे बच्चे दे जमीन जी हिस्से पोगे कदों तक मैं अपने सोरे ने झूठ बोल के आंदी रहांगी कि मैं अपनी मां नूं दवाई दवान चली आ। हुण जिद्दा तू मैनूं कहनी ओद्दा मैं करता दिन्नी हुण मैनूं दस अगे करना की है। कल डाक्टरी नूं 20,000 रुपया दे के आई आ उहने दस्सिया कि मुंडा है। हुण तां 9 महीने दे वी 10 दिन टप गए ने तुहाडे कोई हैगा हल अगों करना की है? हुण तां कुछ नहीं हो सकदा जैस्मिन हुण तां बच्चा हो के ही रहना। हाय हाय तुसी एक मैनूं वैद दस्स देदे सीगे कि उह कोई जड़ी बूटियां दी दवाई बनांदा ते उहदे नाल बच्चा मेंटली अपसेट पैदा हुंदा है। मेंटली अपसेट भी होगा ते उहदे नाल तेरा की फायदा? माता फायदा ही फायदा है जे मेंटली अपसेट पैदा होएगा उह कुछ कर ता सकदा नहीं है तां वी तां सारा हिस्सा मेरे बच्चियां कोल ही आएगा। दिमाग ते सारा मेरा ही लई फिरदी है। फिर धी किहदी आ स्कीमां ते आपां दोवें ला सकदियां वा फिर करिए वैद नाल गल। जदों पहला बच्चा खराब किया उदों भी तू मेरा 5-10 हज़ार लवाया दूजा किया फिर 20-30 हज़ार लवाया हूँ तू फिर 50 हज़ार लवाएगी। 50,000 किदा? वह मर जाना 55,000 मंगता जड़ी बूटी का वह इन्ने पैसे नहीं है मेरे को। फिर मैं ये समझ लवा कि हिस्से गए मेरे मुंडिया के हाथों? दे छड़ एक बच्चे का किन्ना कोई हिस्सा आजूगा इन्नी मैं गरंटी लैनी हाँ दूजा बच्चा नहीं आप देवे। दूजे बच्चे की टेंशन लो वो तो मैं डॉक्टर नाल सेटिंग कर ली है दूजा बच्चा तो मैं तो हूँ नहीं देना पर मैं आ बच्चे का की करा एदा मैनू हल दियो। हुण तू जैस्मिन जा घर मैं अपनी गवांडर नाल गल करदी हाँ वैद को पैसे घट करवानी हाँ तो फिर कर दे कोई हल। माता जो करना ना जल्दी करो 20 दिन रह गए बच्चे दे आन च जे बच्चा सही सलामत पैदा हो गया ना तो जैस्मिन पेके नहीं वढ़दी फिर। जैस्मिन हुण जिन्ना मर्जी भज लज्जे कोई तेरा हल कर सकदा ते ओह मैं ही हाँ।